ਮੌਲੇਧਾਰ ਮੀਂਹ ਜਿੱਥੇ ਲੋਕਾਂ ਲਈ ਰਾਹਤ ਬਣ ਰਿਹਾ ਹੈ ਤੇ ਉੱਥੇ ਕਈ ਥਾਵਾਂ ਤੇ ਇਹ ਆਫਤ ਵੀ ਬਣ ਚੁੱਕਿਆ ਹੈ। ਜਿੱਥੇ ਕਈ ਥਾਵਾਂ ਤੋਂ ਨੁਕਸਾਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਹੁਣੇ ਤਸਵੀਰਾਂ ਹੀ ਦੇਖ ਲਓ ਜਿੱਥੇ ਲਗਾਤਾਰ ਪਏ ਮੀਂਹ ਤੋਂ ਬਾਅਦ ਇੱਕ ਮਕਾਨ ਦੀ ਛੱਤ ਡਿੱਗ ਗਈ ਹੈ, ਜਿਸ ਕਰਕੇ ਇਸ ਮਕਾਨ ਦੇ ਮਾਲਕ ਤੇ ਉਸਦੇ ਬੱਚਿਆਂ ਦੇ ਉੱਤੇ ਇਹ ਛੱਤ ਡਿੱਗੀ ਅਤੇ ਉਹ ਜ਼ਖਮੀ ਹਾਲਤ ਵਿੱਚ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਤਸਵੀਰਾਂ ਸਮਾਣਾ ਦੇ ਪਿੰਡ ਖੇੜੀ ਮੱਲਾਂ ਦੀਆਂ ਨੇ, ਜਿੱਥੇ ਲਗਾਤਾਰ ਪਏ ਮੀਂਹ ਤੋਂ ਬਾਅਦ ਮਕਾਨ ਦੀ ਛੱਤ ਡਿੱਗ ਗਈ ਹੈ, ਜਿੱਥੇ ਘਰ ਦਾ ਮਾਲਕ ਤੇ ਉਸਦੇ 3 ਬੱਚੇ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਮਕਾਨ ਦਾ ਮਾਲਕ ਆਪਣੇ ਬੱਚਿਆਂ ਦੇ ਨਾਲ ਸੁੱਤਾ ਹੋਇਆ ਸੀ ਤੇ ਉਸੇ ਦੌਰਾਨ ਹੀ ਜਦੋਂ ਮਾਂ ਗੁਰਦੁਆਰੇ ਮੱਥਾ ਟੇਕਣ ਜਾਂਦੀ ਹੈ ਤਾਂ ਪਿੱਛੋਂ ਛੱਤ ਜਿਹੜੀ ਹੈ ਮਕਾਨ ਦੀ ਅਚਾਨਕ ਡਿੱਗ ਜਾਂਦੀ ਹੈ। ਕਿਹਾ ਜਾ ਰਿਹਾ ਕਿ ਲਗਾਤਾਰ ਪਏ ਮੀਂਹ ਤੋਂ ਬਾਅਦ ਇਹ ਛੱਤ ਕਮਜ਼ੋਰ ਹੋ ਗਈ ਸੀ, ਜੋ ਕੁਝ ਮਿੰਟਾਂ ਦੇ ਵਿੱਚ ਢਹਿ ਢੇਰੀ ਹੋ ਗਈ ਤੇ ਹੇਠਾਂ ਜੋ ਪਰਿਵਾਰ ਸੁੱਤਾ ਸੀ, ਜਿਸ ਵਿੱਚ ਇੱਕ ਸ਼ਖਸ ਤੇ ਨਾਲ ਉਸਦੇ 3 ਬੱਚੇ ਸਨ, ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਨੇ, ਜਿਨ੍ਹਾਂ ਨੂੰ ਮਲਬੇ ਦੇ ਹੇਠੋਂ ਕੱਢ ਕੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਇੱਥੇ ਮੁਹੱਲੇ ਦੇ ਵਿੱਚ ਚੀਕ ਚਿਹਾੜਾ ਮਚਿਆ ਹੈ, ਲੋਕਾਂ ਵੱਲੋਂ ਮਦਦ ਕੀਤੀ ਗਈ ਇਹਨਾਂ ਬੱਚਿਆਂ ਨੂੰ ਤੇ ਮਾਲਕ ਮਕਾਨ ਨੂੰ ਬਾਹਰ ਕੱਢਣ ਦੀ ਤੇ ਫਿਰ ਹਸਪਤਾਲ ਲਿਜਾਇਆ ਗਿਆ ਹੈ। ਸੋ ਇੱਥੇ ਪਰਿਵਾਰ ਹੁਣ ਹਾਲੋ ਬੇਹਾਲ ਹੋ ਗਿਆ, ਕਿਉਂਕਿ ਜਿੱਥੇ ਇੱਕ ਪਾਸੇ ਤਾਂ ਛੱਤ ਡਿੱਗੀ ਹੈ, ਜ਼ਖਮੀ ਹੋਇਆ ਪਰਿਵਾਰ, ਤਾਂ ਦੂਜੇ ਪਾਸੇ ਹੁਣ ਇਸ ਪਰਿਵਾਰ ਦੇ ਘਰ ਦੀ ਛੱਤ ਨਹੀਂ ਰਹੀ ਹੈ, ਖੁੱਲ੍ਹੇ ਅਸਮਾਨ ਹੇਠਾਂ ਰਹਿਣ ਦੇ ਲਈ ਹੁਣ ਇਹ ਮਜਬੂਰ ਨੇ, ਜਿਸ ਲਈ ਇਹ ਸਰਕਾਰ ਤੋਂ ਮਦਦ ਮੰਗ ਰਹੇ ਨੇ। ਤਸਵੀਰਾਂ ਸਮਾਣਾ ਦੀਆਂ ਨੇ, ਸਮਾਣਾ ਦੇ ਪਿੰਡ ਖੇੜੀ ਮੱਲਾਂ ਦੇ ਵਿੱਚ ਇਹ ਇੱਕ ਗਰੀਬ ਪਰਿਵਾਰ ਦੱਸਿਆ ਜਾ ਰਿਹਾ ਹੈ, ਜੋ ਮਕਾਨ ਦੀ ਛੱਤ ਜਿਨ੍ਹਾਂ ਦੀ ਡਿੱਗੀ ਹੈ, ਵੱਡਾ ਨੁਕਸਾਨ ਹੋਇਆ ਹੈ। ਗਨੀਮਤ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇੱਥੇ ਬੱਚੇ ਵੀ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਅਤੇ ਹੁਣ ਇਹ ਪਰਿਵਾਰ ਗੁਹਾਰ ਲਗਾ ਰਿਹਾ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਏ, ਕਿਉਂਕਿ ਉਹਨਾਂ ਦੇ ਕੋਲ ਇੱਕੋ ਇੱਕ ਮਕਾਨ ਸੀ ਜਿਸ ਦੀ ਛੱਤ ਹੁਣ ਡਿੱਗ ਗਈ ਹੈ, ਅਤੇ ਉਹ ਸਰਕਾਰ ਤੋਂ ਮਦਦ ਮੰਗ ਰਹੇ ਨੇ ਕਿ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਏ ਤਾਂ ਜੋ ਉਹਨਾਂ ਨੂੰ ਵੀ ਛੱਤ ਮਿਲ ਸਕੇ। ਮੈਂ ਗੁਰਦੁਆਰੇ ਮੱਥਾ ਟੇਕਣ ਗਈ ਹੋਈ ਸੀ, ਪਿੱਛੋਂ ਬਠਾਲ ਕੇ ਗਈ ਹਾਂ ਜੀ। ਮੈਂ ਕਿਹਾ ਵੀ ਮੀਂਹ ਪੈ ਰਿਹਾ, ਵੀ ਉੱਠ ਜਾਓ। ਮੀਂਹ ਤੇਜ਼ ਤਾਂ ਉਸ ਟਾਈਮ? ਹਾਂ, ਮੀਂਹ ਤੇਜ਼ ਸੀ ਜੀ, ਮਾੜਾ ਮਾੜਾ, ਐਵੇਂ ਜ਼ਿਆਦਾ ਨਹੀਂ ਸੀ, ਰਾਤ ਦਾ ਹੀ ਪੈ ਰਿਹਾ ਸੀ ਬਸ। ਤੇ ਬੱਚਿਆਂ ਦੇ ਸੱਟਾਂ ਲੱਗੀਆਂ? ਬੱਚਿਆਂ ਦੇ ਬਹੁਤ ਸੱਟਾਂ ਵੱਜੀਆਂ ਨੇ ਜੀ, ਬਹੁਤ ਜ਼ਿਆਦਾ ਵੱਜੀਆਂ ਨੇ। ਜ਼ਖਮੀ ਹੋਇਆ, ਇਸ ਕੇ ਸੱਟ ਲੱਗੇ ਹੈ, ਔਰ ਇਹ ਬਚਾਅ ਹੋ ਗਿਆ। ਇੱਕ ਬੱਚੇ ਕੀ ਨਾਮ ਬੱਚਿਆਂ ਦੇ? ਚਰਨਜੀਤ ਜੀ, ਸਾਹਿਲ, ਏਕਮ। ਵੱਡੇ ਮੁੰਡੇ ਨੂੰ ਏਕਮ ਹੈ ਜੀ, ਸਾਲ ਹੋ ਗਿਆ ਜੀ, ਲੱਤ ਤੇ ਸੱਟ ਵੱਜੀ ਬਹੁਤ ਜ਼ਿਆਦਾ। ਸਰ, ਸਾਡੇ ਪਿੰਡ ਸਰਬਾ 2-3 ਵਾਰੀ ਹੋਲਿਆ ਜੀ। ਪਹਿਲਾਂ ਅਸੀਂ ਪੰਚਾਇਤ ਤੇ ਸਾਡੇ ਹੁੰਦੇ ਵੀ ਹੋਲਿਆ, ਪਰ ਮਿਲਿਆ ਕਿਸੇ ਨੂੰ ਕੁਛ ਨਹੀਂ ਹੈਗਾ ਜੀ। ਇਹ ਮੁਲਾਜ਼ਮ ਆਉਂਦੇ ਨੇ ਜੀ, ਦੇਖ ਕੇ ਵਗ ਜਾਂਦੇ ਨੇ, ਕੋਈ ਕਿਸੇ ਨੇ ਪਾਸ ਨਹੀਂ ਕਰਿਆ ਹੈਗਾ ਜੀ ਘਰ ਮਕਾਨ। ਇਹ ਹੁਣ ਲਾਡੀ ਸਿੰਘ ਗਰੀਬ ਸੀ, ਇਹਦੀ ਸਦਰੀ ਕੇ ਦੋਨੋਂ ਭਾਈਆਂ ਦੇ ਬਿਲਕੁਲ ਸੱਟਾਂ ਲੱਗੀਆਂ। ਹਾਂਜੀ, ਤੁਸੀਂ ਕੀ ਮੰਗ ਕਰਦੇ? ਅਸੀਂ ਸਰਕਾਰ ਵੱਲੋਂ ਮਦਦ ਮੰਗਦੇ ਹਾਂ ਜੀ, ਇਹਨਾਂ ਵਾਸਤੇ ਬਿਲਕੁਲ ਹੋਣੀ ਚਾਹੀਦੀ ਹੈ, ਇਹਨਾਂ ਦੀ ਮਾਲੀ ਮਦਦ ਹੋਣੀ ਚਾਹੀਦੀ ਹੈ, ਮਕਾਨ ਪਾ ਕੇ ਦੇਵੇ ਸਰਕਾਰ। ਇਹ ਤਾਂ ਹੁਣ ਖੁੱਲ੍ਹੇ ਆਸਮਾਨ ਹੇਠਾਂ ਗਏ। ਹਾਂਜੀ, ਬੜਾ ਔਖਾ ਹੋ ਗਿਆ ਜੀ, ਹੁਣ ਗਰੀਬ ਆਦਮੀ ਨੇ ਕਿੱਧਰ ਜਾਣਗੇ। ਬਿਲਕੁਲ ਮੰਗ ਕਰਦੇ ਹਾਂ ਜੀ ਸਰਕਾਰ ਵੱਲੋਂ, ਇਹਨਾਂ ਦਾ ਮਕਾਨ ਬਣਾ ਕੇ ਦੇਵੇ ਸਰਕਾਰ। 3 ਬੱਚਿਆਂ ਦੀ ਐਂਟਰੀ ਹੈ ਜੀ, ਇੱਕ ਤਾਂ ਚਰਨਜੀਤ 3 ਸਾਲ ਦਾ, ਏਕਮਜੀਤ 8 ਸਾਲ ਦਾ ਅਤੇ ਸਾਹਿਲ 4 ਸਾਲ ਦਾ। ਫਾਦਰ ਵੀ ਨਾਲ ਸੀ। ਹਾਂ, ਉਹਨਾਂ ਦੇ ਵੀ ਕੁਛ ਵਿੱਢੀਆਂ ਸੱਟਾਂ ਸੀ, ਪਰ ਉਹਨਾਂ ਦੀ ਐਂਟਰੀ ਨਹੀਂ ਕਰਾ ਰੱਖੀ ਇਹਨਾਂ ਨੇ। ਠੀਕ ਹੈ, ਬੱਚਿਆਂ ਦਾ ਹੀ ਸੀ ਮੇਨ ਤਾਂ, ਅਤੇ ਇਹਨਾਂ ਦਾ ਸੂਚਰਿੰਗ ਵਗੈਰਾ ਕਰਕੇ ਹਾਂ ਪੈਂਡਿੰਗ ਐਕਸਰੇ ਐਡਵਾਈਸ ਹੋਏ ਵੀ ਹੈ, ਅਤੇ ਮੋਰਨਿੰਗ 'ਚ ਆਏ ਸੀ ਇਹ 6 ਵਜੇ।